ਤੁਹਾਡੇ ਕੱਲਿਆਂ ਦੀ ਯਾਰੀ ਸੀਨੇ ਨਾਲ ਲਾਈਏ, ਤੁਹਾਨੂੰ ਸੀਨੇ ਨਾਲ ਲਾ ਕੇ ਬਾਕੀ ਸਾਰੇ ਮੁਲਕਾਂ ਨੂੰ ਆਪਣਾ ਦੁਸ਼ਮਣ ਬਣਾ ਲਈਏ, ਜਿਵੇਂ ਅੱਜ ਦੇ ਰੋਣ ਵਾਲੇ ਰੋਂਦੇ ਨਹੀਂ, ਪਾਕਿਸਤਾਨ ਵਾਲੇ ਰੋਂਦੇ ਨਹੀਂ, ਬਾਕੀ ਸ਼ਰਾਬੀ ਮੁਬਾਰਕ ਵਾਲੇ ਰੋਈ ਜਾਂਦੇ ਨੇ। ਉਹ ਯਾਰੋ ਅਮਰੀਕਾ ਨਾਲ ਭੰਗਾ ਲਿਆ, ਸਾਡਾ ਰਹਿਣਾ ਕੱਖ ਨਹੀਂ, ਉਹ ਸਾਡਾ ਬਚਣਾ ਕੱਖ ਨਹੀਂ, ਉਹਨੂੰ ਸੁਪਰ ਪਾਵਰ ਕਹਿੰਦੇ ਨੇ, ਉਹਦੇ ਕੋਲ ਐਟਮੀ ਤਾਕਤ ਮੌਜੂਦ ਹੈ। ਤੁਸੀਂ ਇੱਕ ਸੂਈ ਲਿਜਾਓ ਤੇ ਸਮੁੰਦਰ ਦੇ ਅੰਦਰ ਡਬੋ ਲਓ, ਫਿਰ ਬਾਹਰ ਕੱਢ ਲਓ,
ਜਿੰਨਾ ਪਾਣੀ ਉਸ ਸੂਈ ਦੇ ਨਾਲ ਲੱਗਿਆ ਜਿੰਨਾ ਦੀ ਕਮੀ ਮੇਰੇ ਕੋਲ ਨਹੀਂ। ਅੱਲਾ ਦੇ ਖਜ਼ਾਨੇ ਬੇਬਾ, ਅੱਲਾ ਕਹਿੰਦਾ ਮੰਗਣ ਵਾਲੇ ਤੇ ਬਣੋ, ਉਹ ਮੇਰੇ ਤਾਂ ਬਣ ਕੇ ਦਿਖਾਓ। ਇਸ ਵਾਸਤੇ ਅੱਲਾ ਦਾ ਸਾਫ ਬਿਲਾ ਦੇ ਕਿ ਮੇਰੇ ਬਣੋਗੇ ਜ਼ਿਲਤ ਨਹੀਂ ਮਿਲੇਗੀ, ਇੱਜ਼ਤ ਮਿਲੇਗੀ। ਇਹ ਸੋਚ ਗਲਤ ਹੈ ਕਿ ਯਾਰ ਅਸੀਂ ਫਲਾਣੇ ਦਾ ਪੰਗਾ ਲੈ ਲਿਆ ਤੇ ਸਾਡੇ ਪੱਲੇ ਕੀ ਰਹਿਣਾ। ਅੱਲਾ ਕਹਿੰਦੇ ਨੇ ਇਹ ਲੋਕਾਂ ਦੇ ਜ਼ਿਹਨ ਨਾ ਰੱਖਿਓ, ਰਿਸ਼ਕ ਦੇਣ ਵਾਲੀ ਅੱਲਾ ਦੀ ਜ਼ਾਤ ਹੈ। ਰਿਸ਼ਕ ਦੇਣ ਵਾਲੀ ਅੱਲਾ ਦੀ ਜ਼ਾਤ ਹੈ। ਸਿਰਫ ਰੋਟੀ ਤੇ ਪੈਸੇ ਦੀ ਖਾਤਰ ਤੁਸੀਂ ਇਮਾਨ ਤੋਂ ਦੂਰ ਹੋਵੋ, ਅੱਲਾ ਦੇ ਨਬੀ ਦੇ ਕਰੀਬੇ ਤੋਂ ਦੂਰ ਹੋਵੋ, ਇਹ ਸੌਦਾ ਕੋਈ ਸਹੀ ਸੌਦਾ ਨਹੀਂ, ਇਹ ਨੁਕਸਾਨ ਵਾਲਾ ਸੌਦਾ ਹੈ। ਅੱਲਾ ਦੇ ਦਰਬਾਰ ਦੇ ਅੰਦਰ ਜਿੰਨਾ ਝੁਕੋਗੇ ਰੱਬ ਉਨੀ ਇੱਜ਼ਤ ਅਤਾ ਕਰੇਗਾ। ਅਜ਼ਰ ਸੁਲਤਾਨ ਇਬਰਾਹੀਮ ਰਜ਼ਾ ਰਹਿਮਤੁਲਲਾਹ ਅਲੈਹ, ਉਹਨਾਂ ਨੇ ਬਾਦਸ਼ਾਹ ਨੂੰ ਠੁਕਰਾ ਦਿੱਤੀ, ਅੱਲਾ ਦੇ ਦਰ ਤੇ ਅੱਲਾ ਅੱਲਾ ਕਰਨ ਲੱਗ ਗਏ। ਰੱਬ ਨੇ ਦੇਖੋ ਕਿੰਨੀਆਂ ਇੱਜ਼ਤਾਂ ਅਤਾ ਫਰਮਾਈਆਂ। ਉੱਥੇ ਲੋਕਾਂ ਦੇ ਬਾਦਸ਼ਾਹ ਕਰਦੇ ਸੀ, ਇਨਸਾਨਾਂ ਦੇ ਜਿਸਮਾਂ ਦੇ ਬਾਦਸ਼ਾਹ ਸੀ। ਜਦੋਂ ਅੱਲਾ ਅੱਲਾ ਸ਼ੁਰੂ ਕੀਤੀ ਫਿਰ ਸਮੁੰਦਰ ਦੇ ਕਿਨਾਰੇ ਬਹਿ ਕੇ ਆਪਣੀ ਸੂਈ ਸਮੁੰਦਰ ਚ ਸੁੱਟਦੇ ਨੇ ਔਰ ਕਹਿੰਦੇ ਨੇ ਸਮੁੰਦਰ ਮੇਰੀ ਸੂਈ ਵਾਪਸ ਕਰ। ਔਰ ਸਾਰੀਆਂ ਮੱਛੀਆਂ ਆਪਣੇ ਮੂੰਹ ਦੇ ਅੰਦਰ ਸੋਨੇ ਦੀ ਸੂਈਆਂ ਲੈ ਕੇ ਆ ਜਾਂਦੀਆਂ ਨੇ। ਹਜ਼ਰਤ ਸੁਲਤਾਨ ਇਬਰਾਹੀਮ ਬਿਨ ਅਦਮ ਕਹਿੰਦੇ ਨੇ ਮੈਨੂੰ ਸੋਨੇ ਦੀ ਸੂਈਆਂ ਨਹੀਂ ਚਾਹੀਦੀਆਂ, ਮੈਨੂੰ ਆਪਣੀ ਸੂਈ ਚਾਹੀਦੀ ਹੈ। ਇੱਕ ਮੱਛੀ ਫਿਰ ਮੋਤਾ ਲਗਾਤੀ ਹੈ। ਹਜ਼ਰਤ ਸੁਲਤਾਨ ਇਬਰਾਹੀਮ ਰਹਿਮਤੁਲਲਾਹ ਅਲੈਹ ਇਹਨਾਂ ਦੀ ਸੂਈ ਆਪਣੇ ਮੂੰਹ ਦੇ ਵਿੱਚ ਲਿਆ ਕੇ ਕਿਨਾਰੇ ਆਉਂਦੀ ਹੈ। ਹਜ਼ਰਤ ਸੁਲਤਾਨ ਇਬਰਾਹੀਮ ਰਹਿਮਤੁਲਲਾਹ ਅਲੈਹ ਨੇ ਉਸ ਸੂਈ ਨੂੰ ਆਪਣੇ ਹੱਥ ਦੇ ਵਿੱਚ ਲਿਆ ਔਰ ਫਿਰ ਉਹ ਸੰਤਰਾ ਦੇ ਵਿੱਚੋਂ ਆਏ ਹੋਏ ਲੋਕਾਂ ਨੂੰ ਕਿਹਾ, ਦੱਸੋ ਉਹ ਬਾਦਸ਼ਾਹ ਕਿਹੜੇ ਨੇ ਗਿਆ। ਇਸ ਤਰ੍ਹਾਂ ਅੱਲਾਹ ਤਬਾਰਕ ਵ ਤਾਲਾ ਇਸ ਦਾ ਨਾਮ ਕਰਦੇ ਨੇ। ਫਿਰ ਹਰ ਮਖਲੂਕ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਹੁੰਦੀ ਹੈ। ਜਿਹੜੀ ਮਖਲੂਕ ਨੂੰ ਅਸੀਂ ਆਪਣੀ ਬੋਲੀ ਨਹੀਂ ਸਮਝਾ ਸਕਦੇ, ਉਹ ਸਾਨੂੰ ਨਹੀਂ ਸਮਝਾ ਸਕਦੇ, ਰੱਬੁਲ ਆਲਮੀਨ ਨੂੰ ਉਹਨਾਂ ਦੀ ਸਮਝ ਹਰ ਕਿਸੇ ਨੂੰ ਅਤਾ ਕਰਦੇ। ਇਹ ਚੀਜ਼ ਹੈ ਦੋਸਤੋ ਬਜ਼ੁਰਗੋ, ਅੱਲਾਹ ਤਬਾਰਕ ਵ ਤਾਲਾ ਦੇ ਦਰਬਾਰ ਦੇ ਅੰਦਰ ਦੀ ਇੱਜ਼ਤ ਲੈਣ ਦੀ ਕੋਸ਼ਿਸ਼ ਕਰੀਏ, ਦੁਨੀਆ ਵਾਲੇ ਦੀ ਇੱਜ਼ਤ ਇੱਜ਼ਤ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜਦੋਂ ਬੰਦਾ ਅੱਲਾਹ ਨਾਲ ਤਾਲੁਕ ਜੋੜ ਲਵੇ, ਸ਼ਕਲ ਕੈਸੀ ਵੀ ਹੋਵੇ, ਨਸਬ ਕੈਸਾ ਵੀ ਹੋਵੇ, ਨਸਬ ਕੈਸਾ ਵੀ ਹੋਵੇ, ਅੱਲਾਹ ਦੇ ਹਾਂ ਦੀ ਇੱਜ਼ਤ ਬੜੀ ਬਣ ਜਾਂਦੀ। ਮੈਂ ਬਾਬੇ ਦੀ ਗੱਲ ਕਰਨਾ, ਅੱਲਾਹ ਤਬਾਰਕ ਵ ਤਾਲਾ ਦਾ ਖੌਫ ਔਰ ਅੱਲਾਹ ਦਾ ਤਾਲੁਕ ਕਈ ਲੋਕਾਂ ਦੇ ਜਿੰਨਾ ਦੇ ਅੰਦਰ ਆਇਆ, ਰੱਬ ਨੇ ਇੱਜ਼ਤਾਂ ਵੀ ਅਦਾ ਕੀਤੀ, ਦੁਨੀਆ ਵੀ ਅਦਾ ਕੀਤੀ, ਆਖਰਤ ਵੀ ਅਦਾ ਕੀਤੀ। ਹਜ਼ੂਰ ਦੇ ਸਾਹਾਬੀ ਸਨ, ਰੰਗ ਦੇ ਕਾਲੇ ਔਰ ਜਿਹਾਦ ਦੇ ਰਹਿਣ ਵਾਲੇ, ਨਾਮ ਉਹਨਾਂ ਦੇ ਹਜ਼ਰਤ ਜ਼ਾਹਿਰ ਰਜ਼ੀ ਅੱਲਾਹੁ ਤਾਲਾ। ਹਜ਼ਰਤ ਜ਼ਾਹਿਰ ਰਜ਼ੀ ਅੱਲਾਹੁ ਤਾਲਾ ਕਦੀ ਕਦੀ ਜਿਹਾਦ ਚ ਆਉਂਦੇ ਹੁੰਦੇ ਸੀ, ਆਪਣਾ ਸੌਦਾ ਸਬਜ਼ੀਆਂ ਵਗੈਰਾ ਜਿੰਨਾ ਦੇ ਹੱਥ ਸ਼ੈਅ ਹੁੰਦੀਆਂ ਔਰ ਆ ਕੇ ਉੱਥੇ ਉਹਨਾਂ ਨੇ ਵੇਚਣਾ ਮਦੀਨੇ ਦੇ ਬਾਜ਼ਾਰ ਦੇ ਅੰਦਰ, ਔਰ ਉੱਥੇ ਆਪਣਾ ਕੋਈ ਰੋਜ਼ੀ ਰੋਟੀ ਕਮਾ ਕੇ ਫਿਰ ਚਲੇ ਜਾਣਾ। ਤੇ ਜਦੋਂ ਆਉਂਦੇ ਸੀ ਇੱਕ ਆਦਤ ਸੀ ਇਹਨਾਂ ਦੀ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਕੋਈ ਨਾ ਕੋਈ ਖਾਸ ਤੋਹਫਾ ਲੈ ਕੇ ਆਉਂਦੇ ਹੁੰਦੇ ਸੀ। ਪਿੰਡ ਦਾ ਤੋਹਫਾ, ਜੇ ਕੋਈ ਪਿੰਡੋਂ ਆ ਗਿਆ ਤਾਂ ਪੈਦੇ ਸੀ ਅੰਡੇ ਲੈ ਗਿਆ, ਦਸਤੀ ਲੈ ਗਿਆ, ਦੁੱਧ ਸਾਗ ਲੈ ਗਿਆ। ਇਸ ਤਰੀਕੇ ਹਜ਼ੂਰ ਵਾਸਤੇ ਤੋਹਫੇ ਲੈ ਕੇ ਆਉਂਦੇ ਸੀ। ਫਿਰ ਆਪਾਂ ਦੀ ਸਲਾਮ ਦੀ ਵੀ ਆਦਤ ਦੀ ਮੁਬਾਰਕ ਸੀ, ਹਜ਼ੂਰ ਵੀ ਕੋਈ ਨਾ ਕੋਈ ਸ਼ਹਿਰ ਦਾ ਤੋਹਫਾ ਉਹਨੂੰ ਵਾਪਸ ਕਰਦੇ ਸੀ। ਇੱਕ ਦਫ਼ਾ ਮਦੀਨੇ ਦੇ ਕਿਸੇ ਬਾਜ਼ਾਰ ਦੇ ਅੰਦਰ ਖੜੇ ਹੋ ਕੇ ਆਪਣਾ ਸਮਾਨ ਵੇਚ ਰਹੇ ਸਨ। ਮੇਰੇ ਆਪਾ ਸੱਲੱਲਾਹੁ ਅਲੈਹਿ ਵਸੱਲਮ ਤਸ਼ਰੀਫ ਲੈ ਗਏ, ਹਜ਼ੂਰ ਅਲੈਹਿ ਸਲਾਮ ਤਸ਼ਰੀਫ ਲੈ ਗਏ। ਆਪਾ ਅਲੈਹਿ ਸਲਾਤੁ ਵਸਸਲਾਮ ਨੇ ਹਜ਼ਰਤ ਜ਼ਾਹਿਰ ਰਜ਼ੀ ਅੱਲਾਹੁ ਤਾਲਾ ਅਨਹੁ ਪਿੱਛੋਂ ਦੀ ਤਰਫੋਂ ਜੱਫੀ ਪਾਈ, ਬਗਲਾ ਦੇ ਥੱਲੇ ਦੀ ਹੱਥ ਪਾਏ ਔਰ ਇਸ ਤਰ੍ਹਾਂ ਕਿ ਉਹਨਾਂ ਦੀਆਂ ਖਾਦੀਆਂ ਆਪਣੇ ਹੱਥ ਰੱਖ ਦਿੱਤੇ। ਅੱਲਾਹ ਦੇ ਜ਼ਾਹਿਰ ਨਾ ਪਿੱਛੇ ਮੁੜਨ, ਨਾ ਪਿੱਛੇ ਦੇਖ ਸਕਣ ਔਰ ਕਹਿਣ ਲੱਗੇ, ਕੌਣ ਬੰਦਾ ਜਿਸ ਨੇ ਮੈਨੂੰ ਪਿੱਛੋਂ ਫੜਿਆ, ਮੇਰੀ ਅੱਖਾਂ ਤੇ ਹੱਥ ਰੱਖ ਲਏ ਨੇ। ਆਪਾ ਅਲੈਹਿ ਸਲਾਤੁ ਵਸਸਲਾਮ ਪਿੱਛੋਂ ਬਿਲਕੁਲ ਖਾਮੋਸ਼ ਖੜੇ ਹੋ ਗਏ ਔਰ ਫਿਰ ਸਲਾਹ ਲਗਾਈ, ਮੈਂ ਇਸ ਤਰੀ ਹਾਜ਼ਰ ਅਬਦਾ, ਉਹ ਬਾਜ਼ਾਰ ਵਾਲੋ ਤਵੱਜੋ ਕਰਨਾ, ਇਹ ਗੁਲਾਮ ਇਸ ਨੂੰ ਕੌਣ ਖਰੀਦੇਗਾ। ਅੱਲਾਹ ਦੇ ਜ਼ਾਹਿਰ ਦੇ ਹਜ਼ੂਰ ਦੀ ਆਵਾਜ਼ ਪਹਿਚਾਣ ਲਈ ਆਪਾ ਅਲੈਹਿ
شروع جڑی حدیث پڑھی اللہ دے نبی علیہ السلام کی حدیث ہے ان اللہ لا ينظر الى صورکم، اللہ تمہاری صورتوں پر نہیں دیکھتے اور تمہارے مانوں پر نہیں دیکھتے، ولکن ينظر الى قلوبکم ما مالکم، اللہ اعمال دے دلوں کی نیت کو دیکھتے ہیں، اللہ دے ہاں نیت کی قدر ہے، اللہ دے ہاں خلوص کی قدر ہے، اللہ دے ہاں عبادت کی قدر ہے، اللہ دے ہاں رنگ شکل کی قدر ہے نہیں، عبادت خدا کی کرو اور جی بھر کے کرو، خلوص نہ کرو، جس طرح حضور نے دسیا انشاءاللہ رب بھی ملے گا، رب کی رضا بھی ملے گی۔ حضرت عبداللہ بن عمر رضی اللہ تعالی عنہ فرماتے ہیں میں سخت گرمی کے زمانے سفر کرنے نکلیا اور دوپہر کا وقت ایک جگہ پہ ہویا اور اتفاقا وہ جگہ جنگل سی، میں جنگل دے وچ سوچیا کوئی درخت وغیرہ لب کے اوتھے بیٹھ کے تھوڑی روٹی کھانا وا، روٹی کھا کے پھر اپنے اپنا سفر شروع کرا۔ کہنے لگے اگے گیا ایک غلام ویکھیا کہ بکریاں چراندا پیا ہے، بکریاں چراندا پیا ہے، میں اس کو کیا او بھائی تو ہی آ جا تیرے نال کھانا کھا لے، وہ کہنے لگا جی میں کھانا نہیں کھا رہا، تو فرمایا بھی کوئی کھانا کھا کوئی مسئلہ نہیں ہے، میں بھی اتنے رہنا دعوت کرایا تو آ جا میرے نال کھانا کھا لے۔ کہنے لگا جی اصل مسئلہ یہ ہے کہ مینوں روزہ ہے، مینوں روزہ ہے۔ حضرت عبداللہ بن عمر رضی اللہ تعالی عنہ فرماتے ہیں میں بڑا حیران ہویا اینو روزہ ہے، جس نو روزہ میں پوچھا اللہ دے بندیا دا رمضان دا مہینہ ہے نہ کوئی ہور روزے دے دن نے، اے کیڑا دن ہے اگر اس دن دے اندر کوئی خاص فضیلت کے روزہ رکھن دی مینوں نہیں دس، اینی سخت گرمی وچ روزہ تو رکھیا ہویا ہے، پھر گرمی دے اندر بکریاں چلا رہے ہیں، سخت کام کر رہے ہیں، ایسی کیسی تیرے ذہن وچ کوئی گل ہے جس وجہ تو روزہ رکھیا ہویا ہے؟ اونے بڑی خوبصورت گل کہی، کہن لگا کہ میں اپنے ایام خالیہ نوں قیمتی بنا رہا ہاں۔ ایام خالیہ کی چیز قرآن میں جاتا ہے جب وہ جنتی جنت جان گے نا جی، اللہ کہے گا کلو وشربو حنیئا بما اسلفتم فی الایام الخالیہ، کھاؤ پیو رج کے، حنیئا تمام رج کے، جو جی چاہتا کھائی جاؤ، پہ چلے پرے ہوں گے پہ بڑا نہیں بڑا دے پیٹ اپنا کھانا اپنا نہیں تے پیٹ اپنا نہیں، یہ تے بہت آدمی کا خطرہ سارا کچھ، رب کہے گا رج کے کھائے تے بہت آدمی کا خطرہ ہی کوئی نہیں ہے، حنیئا جی بھر کے کھا بما اسلفتم فی الایام الخالیہ، اونا اعمال دی وجہ تو جڑے تو گزشتہ ایام دے اندر اعمال کیتے نے اونا دی برکت نال اج سر ملدا ہے، انہاں نوں کہتے ہیں ایام خالیہ، جڑے دنیا دے اندر تے گزر گئے او ایام خالیہ۔ او غلام کہہ لگا میں اپنے ایام خالیہ نو قیمتی بنا رہا ہوں۔ حضرت عبداللہ بن عمر رضی اللہ تعالی عنہ کہتے ہیں میں بڑا متاثر ہویا کہ غلام ہو کے اتنا تقوی والا کہ میں انہاں دنوں نو ضائع نہیں کرنا، فرماندے میں خدا مزید امتحان لینا چاہیا، یہ دے امتحان تے لاواں اس دا تعلق ہور کنا کہ کنا دے امتحان تے۔ حضرت عبداللہ بن عمر رضی اللہ تعالی عنہ نے آکھیا او یار میں تیرے کولے تو سوال کرنا، ایک بکری مینوں دے دے، اس نوں میں ذبح کراں گا، پکاواں گا، آپ وی کھاواں گا، تینوں وی کھلاواں گا۔ او کہن لگے جی میں غلام ہاں، بکریاں دا مالک نہیں، انہاں بکریاں دی ملکیت میری نہیں بلکہ میرے آقا دی ملکیت نے، میں تانوں اے بکری جو ایک بکری وی نہیں دے سکدا۔ حضرت عبداللہ بن عمر متاثر ہوئے، پھر مزید امتحان لیا، اوے اللہ دے بندیا اینیاں بکریاں نے، تیرے آقا نے روز روز گنتی تھوڑی کرنی ہے، کوئی بکری گم وی تے ہو سکدی ہے، کوئی بکری نوں بھیڑیا وی تے کھا سکدا ہے، کوئی بہانہ لا سکتا ہے، گوشت میں بھی کھاواں گا، تینوں بھی کھلاواں گا، تیرا آقا تے مولا تینوں پتہ نہیں گوشت دیندا ہے کہ نہیں، نال رل کے کھاواں گے، کوئی ہور تیسرا بندہ کوئی نہیں۔ او غلام کہن لگا چلو جی من لیا، میرا آقا نہیں ویکھ رہیا، میرا مولا نہیں ویکھ رہیا، میں اونوں جھوٹ بول کے جان چھڑا دواں گا۔ لیکن اس نے بڑا عجیب جملہ آکھیا، دل نوں تڑپا دے اللہ تعالیٰ اس نے آقا دے وفات
ਕਹਿਣ ਲੱਗਾ ਜੀ ਮੇਰੇ ਕਿਹੜੇ ਕੰਮ ਦੀਆਂ। ਅੱਲਾ ਤੇ ਅਬਦੁੱਲਾ ਬਿਨ ਉਮਰ ਕਹਿੰਦੇ ਨੇ ਮੈਂ ਤੇਰਾ ਤਕਵਾ ਤੇ ਤੇਰਾ ਅੱਲਾ ਤੇ ਭਰੋਸਾ ਵੇਖ ਕੇ ਅੱਲਾ ਤੇ ਯਕੀਨ ਵੇ ਤੇਰਾ ਫੈਸਲਾ ਕੀਤਾ ਹੈ ਤੇ ਤੈਨੂੰ ਹੀ ਆਜ਼ਾਦ ਕੀਤਾ ਤੇ ਦੁਨੀਆਂ ਸਾਰੀਆਂ ਤੈਨੂੰ ਦਿੱਤੀਆਂ। ਲੈ ਲੈ ਬਈ ਤੇਰੀਆਂ ਨੇ ਸਾਰ ਇੱਕ ਅੱਲਾ ਦਾ ਤਾਲੁਕ ਅੱਲਾ ਦਾ ਖੌਫ ਔਰ ਅੱਲਾ ਦਾ ਧਿਆਨ ਦਿਲ ਦੇ ਅੰਦਰ ਰੱਬ ਨੇ ਦੁਨੀਆਂ ਦੇ ਅੰਦਰ ਕਿਤੇ ਗੁਲਾਮੀ ਕਿਤੇ ਸਰਦਾਰੀ ਕਿਤੇ ਹੋਰਾਂ ਦੀ ਬੱਕਰੀਆਂ ਚਰਾਣੀਆਂ ਅੱਜ ਫਿਰ ਵੀ ਕੱਖ ਨਹੀਂ ਹੋਣਾ। ਹੁਣ ਬੱਕਰੀਆਂ ਵੀ ਸਾਰੀਆਂ ਆਪ ਉਹ ਬੱਕਰੀਆਂ ਦਾ ਮਾਲਕ ਵੀ ਬਣ ਗਿਆ। ਅੱਲਾ ਤਬਾਰਕ ਵ ਤਾਲਾ ਦੀ ਯਕੀਨ ਮਜ਼ਬੂਤ ਹਜ਼ੂਰ ਦੇ ਤਰੀਕਿਆਂ ਦੇ ਅਮਲ ਪੂਰਾ ਹੋ ਗਏ। ਆਕਾ ਅਲੈਹਿ ਸਲਾਤੁ ਵਸਸਲਾਮ ਨੇ ਹਜ਼ਰਤ ਜ਼ਾਹਿਰ ਦੀ ਕੀਮਤ ਨੂੰ ਬਿਆਨ ਕੀਤਾ ਇਸ ਦੇ ਰੰਗ ਤੇ ਸ਼ਕਲ ਨੂੰ ਨਾ ਦੇਖੋ ਪਰ ਰੰਗ ਦੇ ਕਾਲੇ ਨਾ ਵੇਖੋ ਸ਼ਕਲ ਸੂਰਤ ਨਾ ਦੇਖੋ ਅੱਲਾ ਦੇ ਹਾਂ ਆਵਾਜ਼ ਤੇ ਦਿਲ ਦੀ ਕਦਰ ਕੀਮਤ ਖਲੂਸ ਦੀ ਨਿਮਤ ਅੱਲਾ ਦੇ ਹਾਂ ਖਲੂਸ ਦੀ ਨਿਮਤ ਹੈ। ਮੇਰੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਦੇ ਤਰੀਕਿਆਂ ਤੇ ਚੱਲਣ ਵਾਲਾ ਸੋਹਣਾ ਹੋ ਜਾਂਦਾ ਹੈ। ਉਹ ਸ਼ਕਲਾਂ ਤੇ ਅਸੀਆਂ ਵੀ ਹੋਣ ਅੱਲਾ ਕਹਿੰਦੇ ਨੇ ਲਿਆ ਬੁਲਵਾਕੁਮ ਅਯੂਕੁਮ ਅਹਸਨ ਔਰ ਉਸ ਨੂੰ ਤਕਲੀਫ ਦਿੱਤੀ
من آزاری مریچن جس بندے نے میرے ولی تے میرے دوست نو تکلیف دتی فقط اعظم تو ہو بالحر اللہ میں نے اس بندے نال میرا اراد جنگ اس رب میں جنگ کرنا تسی سے دور نہ جاؤ قریب کے بزرگاں دی زندگی دے مثال لے لو جنہاں دے اللہ دے ولیاں تے بزرگاں دے نال دشمنی رہی انہاں دا دنیا چ کک تے لے آخرت تے برباد ہے اللہ تبارک و تعالی کو دعا ہے خلاق عالم سب سارے آقا علیہ الصلوۃ والسلام سچی محبت اتباع نصیب فرمائے.